ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਸੀਂ ਵੇਖ ਰਹੇ ਹੋ ਕਿ ਆਪਣੇ ਆਹ ਵਾਲਾ ਜਿਹੜਾ ਮੀਟਰ ਲੱਗਾ ਹੋਇਆ ਇਹ ਪ੍ਰੀਪੇਡ ਆ ਜੀ, ਜਿਹੜਾ ਚਿੱਪ ਵਾਲਾ ਮੀਟਰ ਕਹਿੰਦੇ ਆ ਇਹ ਲੱਗ ਚੁੱਕਾ। ਇੱਕ ਇਹ ਲੱਗਾ ਹੋਇਆ, ਇੱਕ ਇਹ ਲੱਗਾ ਹੋਇਆ, ਠੀਕ ਹੈ ਜੀ। ਅਤੇ ਇੱਕ ਹੈਗਾ ਆਹ ਵਾਲਾ 3 ਫੇਜ਼ ਜੀ। ਤਿੰਨੇ ਮੀਟਰ ਆਪਣੇ ਇਹ ਚਿੱਪ ਵਾਲੇ ਲੱਗ ਚੁੱਕੇ ਆ। ਇਹ ਮੀਟਰ ਦੀ ਜਿਹੜੀ ਬੈਟਰੀ ਸੀ ਉਹ ਡਾਊਨ ਹੋ ਗਈ ਅਤੇ ਤਕਰੀਬਨ ਇਹ ਕਾਫੀ ਦਿਨ ਹੋ ਗਏ ਲਾ ਕੇ ਗਿਆ ਨੂੰ, ਇਹ ਲੱਗ ਗਿਆ। ਉਸ ਤੋਂ ਬਾਅਦ ਆਹ ਵਾਲਾ ਜਿਹੜਾ ਮੀਟਰ ਆ ਇਹ ਸੋਲਰ ਦੇ ਨਾਲ ਸੰਬੰਧਿਤ ਆ, ਜਿਵੇਂ ਕਿ ਜਿਹੜੀ ਬਿਜਲੀ ਸੋਲਰ ਬਣਾਉਂਦਾ ਉਹਦੀ ਇਹ ਰੇਡਿੰਗ ਲੈਂਦਾ, ਇਹਨੂੰ ਚੈੱਕ ਮੀਟਰ ਕਹਿ ਦਿੰਦੇ ਆ। ਅਤੇ ਇਹਨਾਂ ਸਾਰਿਆਂ ਨੂੰ ਕਹਿੰਦੇ ਆ ਜੀ ਸਮਾਰਟ ਮੀਟਰ, ਹੈ ਨਾ। ਇਹ ਕੰਪਨੀ ਆ AEW, ਪੰਜਾਬ ਦੇ ਵਿੱਚ ਸਾਰੇ ਇਹੀ ਲੱਗਣਗੇ। ਆਹ ਵਾਲਾ ਹੈਗਾ ਬਾਈ ਡਾਇਰੈਕਸ਼ਨ ਮੀਟਰ, ਇੱਥੇ ਲਿਖਿਆ ਵੀ ਹੋਇਆ, ਆਹ ਮੈਂ ਤੁਹਾਨੂੰ ਦਿਖਾਉਣਾ। ਆਹ ਮੀਟਰ ਬਹੁਤ ਔਖਾ ਮਿਲਦਾ, ਕਾਫੀ ਸਮਾਂ ਲੱਗ ਗਿਆ ਇਹਨੂੰ। ਜਦੋਂ ਇਹ ਮੀਟਰ ਮਿਲਿਆ ਉਸ ਤੋਂ ਬਾਅਦ ਹੀ ਆ ਤੁਹਾਡਾ ਸੋਲਰ ਉਹ ਔਨ ਗ੍ਰਿਡ ਦੇ ਨਾਲ ਜੁੜਦਾ। ਆਪਾਂ ਪੂਰੀ ਵੀਡੀਓ ਵੀ ਪਾਵਾਂਗੇ ਡਿਟੇਲ ਦੇ ਨਾਲ। ਮੈਂ ਨਾ ਜਿਹੜੀ ਕਿ ਤੁਹਾਨੂੰ ਅੱਜ ਦੀ ਛੋਟੀ ਵੀਡੀਓ ਹੀ ਦਿਖਾਉਣ ਲੱਗਾ। ਆਉਣ ਵਾਲੇ ਸਮੇਂ ਦਾ ਤਾਂ ਪਤਾ ਨਹੀਂ ਗਾ ਵੀ ਜਦੋਂ ਕਹਿੰਦੇ ਵੀ ਪੈਸੇ ਪਵਾਇਆ ਕਰਾਂਗੇ ਅਤੇ ਉਦੋਂ ਆਪਾਂ ਨੂੰ ਬਿਜਲੀ ਮਿਲਿਆ ਕਰੂਗੀ। ਇਹਦੇ 'ਚ ਇੱਕ ਆਪਸ਼ਨ ਇਹਦੇ 'ਚ ਆਉਂਦਾ ਵੀ ਆ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਇੱਥੇ ਦਿਖ ਗਿਆ ਤਾਂ। ਦੇਖਿਓ ਆਵੇ ਆ ਗਿਆ ਨਾ ਰੁਪਇਆ ਬੈਲੈਂਸ, ਬੈਲੈਂਸ ਵੀ ਇੰਨੇ ਤੁਹਾਡੇ ਰੁਪਈਆਂ ਦੀ ਬਿਜਲੀ ਬਾਕੀ ਆ। ਆਹ ਬੀ ਬੈਲੈਂਸ ਆ ਗਿਆ, ਰੁਪਏ ਬੈਲੈਂਸ ਹੈ ਨਾ, ਮੇਰੇ ਖਿਆਲ ਬੀ ਤੋਂ ਬੈਲੈਂਸ ਹੀ ਬਣਨਾ, ਪ੍ਰੀਪੇਡ ਲਿਖਿਆ ਹੋਇਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਨ੍ਹਾਂ ਦੇ ਵੀ ਲੱਗੇ ਹੋਏ ਮੀਟਰ ਉਦੋਂ ਫਿਰ ਇੱਥੇ ਸ਼ੋ ਹੋਇਆ ਕਰੂ ਵੀ ਕਿੰਨੇ ਰੁਪਇਆਂ ਦੀ ਤੁਹਾਨੂੰ ਬਿਜਲੀ ਹੈਗੀ ਆ। ਹੁਣ ਕੁਛ ਕੁ ਲੋਕਾਂ ਦੇ ਚਿੱਤ ਜਿਹਦੇ 'ਚ ਹੁੰਦਾ ਵੀ ਯਾਰ ਵੀ ਇਹਦੇ 'ਚ ਕੋਈ ਸਹਿਮ ਨਹੀਂ ਹੈਗਾ ਗਾ। ਅਸਲ ਦੇ ਵਿੱਚ ਇਹਦੇ 'ਚ ਸਹਿਮ ਹੁੰਦਾ ਹੀ ਆ। ਆਹ ਵਾਲਾ ਜਿਹੜਾ ਉੱਪਰਲਾ ਹਿੱਸਾ ਨਾ ਜੀ, ਇਹ ਨੈੱਟਵਰਕ ਵਾਲਾ ਹਿੱਸਾ ਹੀ ਆ ਇਹਦੇ। ਇਹ ਇੱਥੇ ਮੈਂ ਤੁਹਾਨੂੰ ਦਿਖਾਉਣਾ, ਆਹ ਦੇਖੋ ਜੀ ਲਿਖਿਆ ਹੋਇਆ ਇਹਦੇ 'ਚ ਸਿਮ ਨੰਬਰ, ਤੁਸੀਂ ਪੜ੍ਹ ਸਕਦੇ ਹੋ ਜਿਹੜੀ ਵੀ ਕੰਪਨੀ ਦਾ, ਸ਼ਾਇਦ ਏਅਰਟੈੱਲ ਦਾ ਇਹਦੇ ਵਿੱਚ ਸਿਮ ਹੁੰਦਾ। ਆਹ ਸਾਰਾ ਉਹ ਸਿਮ ਦੀ ਡਿਟੇਲ ਆ ਜੀ, ਠੀਕ ਹੈ ਜੀ। ਇੱਥੇ ਜਿਹੜਾ ਡਾਟਾ ਤੁਸੀਂ ਵੇਖ ਰਹੇ ਹੋ ਡਾਟਾ, ਪਰ ਇਹਦੇ ਨਾਲ ਇੱਕ ਨੈੱਟਵਰਕ ਵਾਲੀ ਬੱਤੀ ਇਹ ਨਹੀਂ ਹੈ ਚੱਲ ਰਹੀ। ਇਹ ਸ਼ਾਇਦ ਹਜੇ ਸਿਮ ਜਿਹੜਾ ਐਕਟੀਵੇਟ ਨਹੀਂ ਹੋਇਆ, ਇੱਕ ਦੋ ਦਿਨ 'ਚ ਹੋ ਜਾਊਗਾ। ਆਹ ਜਿਹੜਾ 3 ਫੇਜ਼ ਆ ਜੀ, ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਨੈੱਟਵਰਕ ਦੀ ਬੱਤੀ ਆ, ਵੇਖੋ ਹਰੇ ਰੰਗ ਦੀ ਜਗਦੀ, ਯਾਨੀ ਕਿ ਇਹ ਨੈੱਟਵਰਕ ਉਹਦੇ ਨਾਲ ਜੁੜਿਆ ਹੋਇਆ। ਅਤੇ ਆਹ ਜਿਵੇਂ ਆਪਣੇ ਮੋਬਾਈਲ ਦੇ ਵਿੱਚ ਹੁੰਦਾ ਨਾ IMEI ਨੰਬਰ, ਅਤੇ ਇਹ ਇਹਦਾ ਨੰਬਰ ਆ ਜੀ, ਕਿਉਂਕਿ ਇਹ ਵਾਲਾ ਜਿਹੜਾ ਇਹਦਾ ਕਮਿਊਨੀਕੇਸ਼ਨ ਸਿਸਟਮ ਲਗਾਇਆ ਹੋਇਆ ਆਹ ਉੱਪਰਲਾ ਹਿੱਸਾ ਜਿਹਦੇ ਵਿੱਚ ਸਿਮ ਆ, ਇਹਦਾ ਫਿਰ IMEI ਨੰਬਰ ਵੀ ਹੋਊਗਾ ਤਾਂ ਹੀ ਸਿਮ ਚੱਲੂ ਨਾ। ਅਤੇ ਆਹ ਦੇਖੋ ਜੀ ਉਸ ਤੋਂ ਅੱਗੇ ਸਿਮ ਨੰਬਰ ਵੀ ਹੈਗਾ। ਬਹੁਤੇ ਲੋਕ ਇਹ ਵੀ ਕਹਿ ਦਿੰਦੇ ਵੀ ਇਹਦੇ 'ਚ ਕੈਮਰਾ ਲੱਗਾ ਹੁੰਦਾ, ਵੀ ਜੇ ਆਪਾਂ ਇਹਦੇ ਸਾਹਮਣੇ ਆਵਾਂਗੇ ਆਪਣੀ ਫੋਟੋ ਖਿੱਚ ਲੂਗਾ, ਫੋਟੋ ਫਾਟੋ ਕੁਛ ਨਹੀਂ ਇਹਦਾ, ਇਹਦਾ ਕੋਈ ਕੈਮਰਾ ਨਹੀਂ ਹੈਗਾ, ਕੁਛ ਨਹੀਂ ਹੈਗਾ, ਨੋਰਮਲ ਮੀਟਰ ਹੈਗਾ। ਪਰ ਇਹ ਆ ਵੀ ਇਹਦੇ ਵਿੱਚ ਸਿਮ ਹੈਗਾ, ਅਤੇ ਉਹਦੇ ਨਾਲ ਕੀ ਆ ਕਿ ਜਿੰਨਾ ਵੀ ਇਹਦਾ ਡਾਟਾ ਉਹ ਸਾਰਾ ਉੱਥੇ ਜਾਂਦਾ ਇਹਦੇ ਹੈੱਡ ਆਫਿਸ ਜਿਹੜਾ ਬਿਜਲੀ ਬੋਰਡ ਦਾ, ਕਿਉਂਕਿ ਜਿਹੜਾ ਆਹ ਵਾਲਾ ਮੀਟਰ ਲੱਗੇ ਨੂੰ ਤਕਰੀਬਨ ਮਹੀਨਾ ਕੁ ਹੋਇਆ, ਅਤੇ ਇਹਦੇ ਵਿੱਚ ਇਸ ਵਾਰ ਸਾਡਾ ਬਿੱਲ ਬਣਿਆ ਸਿੱਧਾ ਉੱਥੋਂ 1 ਤਰੀਕ ਨੂੰ ਸੁਬਾਹ ਨੂੰ ਮੈਨੂੰ ਇੱਕ ਮੇਲ ਆ ਗਈ ਸੀ, ਮੈਸੇਜ ਆ ਗਿਆ ਸੀ ਵੀ ਇੰਨਾ ਬਿੱਲ ਤੁਹਾਡਾ ਬਣ ਗਿਆ। ਨਹੀਂ ਤਾਂ ਇਹਦੀ ਰੀਡਿੰਗ ਅੱਗੇ 10 ਤਰੀਕ ਨੂੰ ਜਾਂਦੀ ਹੁੰਦੀ ਸੀ, ਉਸ ਤੋਂ ਬਾਅਦ ਬਿੱਲ ਬਣਦਾ ਸੀ। ਪਰ ਇਹਦਾ ਵਾਲਾ ਜਿਹੜਾ ਹੈਗਾ ਇਹ ਸਿੱਧਾ ਹੀ ਨਾਲ ਦੀ ਨਾਲ ਹੀ 1 ਤਰੀਕ ਨੂੰ ਆਟੋਮੈਟਿਕ ਹੀ ਉਹਨੇ, ਕਿਉਂਕਿ ਉਹਦੇ ਨਾਲ ਜੁੜਿਆ ਹੋਇਆ ਸਿਸਟਮ ਦੇ ਨਾਲ ਇਹ ਉਹਨਾਂ ਦੇ ਨਾਲ ਸਰਵਰ ਦੇ ਨਾਲ, ਅਤੇ ਬਿੱਲ ਉੱਥੋਂ ਬਣ ਜਾਂਦਾ ਜੀ। ਜਿਹੜਾ ਇਹ ਵਾਲਾ ਆ ਗਿਆ ਬਾਈ ਡਾਇਰੈਕਸ਼ਨ ਮੀਟਰ, ਇਹਦਾ ਕੰਮ ਇਹ ਹੁੰਦਾ ਵੀ ਕਿੰਨੀਆਂ ਬਿਜਲੀਆਂ, ਕਿੰਨੀ ਬਿਜਲੀ ਆਪਾਂ ਉਹਨੂੰ ਦਿੱਤੀ ਆ ਅਤੇ ਕਿੰਨੀ ਬਿਜਲੀ ਲਈ ਆ। ਵੈਸੇ ਤਾਂ ਮੈਂ ਇਹਦੀ ਡਿਟੇਲ ਨਾਲ ਵੀਡੀਓ ਅਲੱਗ ਤੋਂ ਬਣਾਊਂਗਾ। ਆਹ ਬਟਨ ਆ ਇਹਦਾ, ਅਤੇ ਮੈਂ ਇੱਥੇ ਕੋਸ਼ਿਸ਼ ਕਰਨਾ ਜੇ ਜ਼ੂਮ ਕਰਨ ਦੀ। ਆਹ ਦੇਖੋ ਜੀ ਇੱਥੇ ਨਾ ਇੱਕ ਕੋਰਨਰ 'ਤੇ ਲਿਖਿਆ ਹੋਇਆ EXP EXP ਐਕਸਪੋਰਟ, ਯਾਨੀ ਕਿ
ਆਪਾਂ ਐਕਸਪੋਰਟ ਬਿਜਲੀ ਮਹਿਕਮੇ ਨੂੰ ਕਿੰਨੀ ਦਿੱਤੀ ਆ? ਇੱਥੇ ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰੀ, ਆਹ ਦੇਖੋ ਆਹ ਆ ਗਿਆ ਇੰਪੋਰਟ, ਇੰਪੋਰਟ ਇੰਪੋਰਟ ਦਾ ਤੀਰ ਵੇਖੋ ਆਏ ਨੂੰ ਆ, ਹੈ ਨਾ। ਯਾਨੀ ਆਹ ਵਾਲੀ ਜਿਹੜੀ ਮੇਨ ਕੇਬਲ ਹੋ ਗਈ ਜਿਹੜੀ ਬਿਜਲੀ ਘਰ ਤੋਂ ਆਉਂਦੀ, ਅਤੇ ਆਹ ਆਪਣੇ ਘਰ ਨੂੰ ਕੇਬਲ ਜਾਂਦੀ ਆ, ਅਤੇ ਤੀਰ ਆਏ ਨੂੰ ਦਿੱਤਾ ਹੋਇਆ। ਯਾਨੀ ਕਿ ਇੱਥੋਂ ਇੰਪੋਰਟ ਆਪਾਂ ਕਿੰਨੀ ਕੀਤੀ ਆ, ਅਤੇ ਜਿਹੜਾ ਐਕਸਪੋਰਟ ਵਾਲਾ ਉਹ ਵੀ ਮੈਂ ਤੁਹਾਨੂੰ ਵਿਖਾਉਣਾ ਇੱਥੋਂ। ਆਹ ਦੇਖੋ ਜੀ, ਇਹ ਲਿਖਿਆ ਹੋਇਆ ਐਕਸਪੋਰਟ EXP, ਆਹ ਥੱਲੇ ਤੀਰ, ਠੀਕ ਹੈ ਜੀ। ਇਹ ਯਾਨੀ ਕਿ ਜਿਹੜਾ ਆਪਣਾ ਘਰ ਆ ਸੋਲਰ ਲੱਗਾ ਹੋਇਆ, ਇੱਕ ਇਹਦੇ 'ਚ ਸੋਲਰ ਦੀ ਕੇਬਲ ਸਿੱਧੀ ਆਉਂਦੀ, ਇੱਕ ਘਰ ਦੀ ਕੇਬਲ ਆ। ਯਾਨੀ ਕਿ ਆਪਾਂ ਇੱਥੋਂ ਬਿਜਲੀ ਮਹਿਕਮੇ ਨੂੰ ਕਿੰਨੀ ਬਿਜਲੀ ਦਿੱਤੀ, ਇਹ ਸਾਰਾ ਕੁਛ ਇਹ ਦੋਨੋਂ ਹੀ ਦੱਸਦਾ ਜੀ। ਇਹਦੇ ਪੈਰਾਮੀਟਰ ਵਗੈਰਾ ਆਪਾਂ ਪੂਰੀ ਡਿਟੇਲ ਦੇ ਨਾਲ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ, ਕਿਉਂਕਿ ਪੂਰੀਆਂ ਰੀਡਿੰਗਾਂ ਮੈਂ ਮੋਟੀਆਂ ਮੋਟੀਆਂ ਦਿਖਾ ਵੀ ਦੇਣਾ ਚਾਹੁੰਦਾ ਇੱਥੇ। ਡਿਟੇਲ ਆਪਾਂ ਪੂਰੀ ਬਣਾਵਾਂਗੇ ਅਲੱਗ, ਕਿਉਂਕਿ ਲੰਬੀ ਵੀਡੀਓ ਬਣੂਗੀ। ਆਹ ਤਾਂ ਚਲੋ ਆਪਣੇ ਘਰ ਦਾ ਲੋਡ ਵਗੈਰਾ ਹੋ ਗਿਆ, ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਉਣੀ। ਆਹ ਦੇਖੋ ਜੀ, 115 KWH ਇੰਪੋਰਟ, ਯਾਨੀ ਬਿਜਲੀ ਮਹਿਕਮੇ ਤੋਂ ਆਪਾਂ 115 ਯੂਨਿਟਾਂ ਖਾ ਚੁੱਕੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ, ਆਹ ਦੇਖੋ ਜੀ, 93 KWH ਐਕਸਪੋਰਟ, ਯਾਨੀ ਕਿ 93 ਯੂਨਿਟਾਂ ਆਪਣੀਆਂ 93 ਯੂਨਿਟਾਂ ਆਪਾਂ ਬਿਜਲੀ ਮਹਿਕਮੇ ਨੂੰ ਦੇ ਚੁੱਕੇ ਹਾਂ ਜੀ, ਅਤੇ ਆਪਣੇ ਵੱਲ ਹਜੇ 22 ਯੂਨਿਟਾਂ ਬਕਾਇਆ। ਯਾਨੀ ਕਿ ਆਪਾਂ 22 ਯੂਨਿਟਾਂ ਦੇ ਪੈਸੇ ਦੇਣੇ ਆ ਬਿਜਲੀ ਮਹਿਕਮੇ ਦੇ। ਇਸ ਤਰ੍ਹਾਂ ਇਹ ਡਿਟੇਲ ਦਿੰਦਾ ਜੀ, ਬਾਕੀ ਪੂਰੀ ਵੀਡੀਓ ਆਪਾਂ ਡਿਟੇਲ ਨਾਲ ਜਾਵਾਂਗੇ। ਸਿਰਫ ਅੱਜ ਦੀ ਵੀਡੀਓ ਇਹੀ ਸੀ ਵੀ ਇਹਦੇ ਵਿੱਚ ਸਿਮ ਹੁੰਦਾ, ਐਕਟੀਵੇਟ ਹੋਇਆ ਹੁੰਦਾ, ਕੈਮਰਾ ਵਗੈਰਾ ਇਹਦੇ 'ਚ ਕੋਈ ਨਹੀਂ ਹੁੰਦਾ। ਜੇ ਆਪਾਂ ਇਹਦੇ ਨਾਲ ਛੇੜਛਾੜ ਕਰਾਂਗੇ ਉਹਦੀ ਜਿਹੜੀ ਆ ਉਹ ਕਮਿਊਨੀਕੇਸ਼ਨ, ਕਿਉਂਕਿ ਨੈੱਟਵਰਕ ਸਿਸਟਮ ਆ ਇਹ, ਜੇ ਆਪਾਂ ਕੋਈ ਇਲਤ ਫਿਲਤ ਕਰਾਂਗੇ ਉਹ ਤੁਰੰਤ ਉੱਥੇ ਆਪਣਾ ਬਿਜਲੀ ਮਹਿਕਮੇ ਦਾ ਜਾਂ ਸਰਵਰ ਆ ਉਹਦੇ ਵਿੱਚ ਪਤਾ ਲੱਗ ਜੂਗਾ। ਇਹਦੇ ਵਿੱਚ ਯਾਨੀ ਕਿ ਚੋਰੀ ਹੋਣ ਦੇ ਖਤਰੇ ਘੱਟ ਆ। ਅਤੇ ਜਿਹੜਾ ਪ੍ਰੀਪੇਡ ਆ ਇਹ ਸਮਾਰਟ ਮੀਟਰ ਤਾਂ ਹੈਗਾ, ਨਾਲ ਦੀ ਨਾਲ ਇੱਥੇ ਪ੍ਰੀਪੇਡ ਵੀ ਲਿਖਿਆ ਹੋਇਆ। ਪ੍ਰੀਪੇਡ ਦਾ ਮਤਲਬ ਇਹ ਵੀ ਜਿੰਨੇ ਆਪਾਂ ਪੈਸੇ ਪਵਾਵਾਂਗੇ ਉਨੇ ਪੈਸਿਆਂ ਦੀ ਬਿਜਲੀ ਆਪਾਂ ਨੂੰ ਮਿਲ ਜੂਗੀ। ਬਾਕੀ ਇਹਦੀ ਡਿਟੇਲ, ਪੈਸੇ ਕਿੰਨੇ ਪੈਣਗੇ, ਕਿਵੇਂ ਪੈਣਗੇ, ਇਹ ਜਦੋਂ ਸਾਰੇ ਮੀਟਰ ਲੱਗ ਗਏ A to Z 100% ਉਸ ਤੋਂ ਬਾਅਦ ਹੀ ਇਹਦੀ ਡਿਟੇਲ ਆਊਗੀ ਜੀ। ਹਜੇ ਤਕਰੀਬਨ 25% ਇਹ ਕਵਰ ਹੋ ਚੁੱਕੇ ਆ, ਕਿਉਂਕਿ ਜਿਹਦਾ ਮੀਟਰ ਖਰਾਬ ਹੁੰਦਾ ਜਾਂ ਨਵਾਂ ਕਨੈਕਸ਼ਨ ਲੱਗਦਾ ਉਹਨੂੰ ਫਿਰ ਇਹ ਮੀਟਰ ਦਿੱਤਾ ਜਾਂਦਾ ਜੀ। ਜਾਂ ਜਿਵੇਂ ਸਾਡਾ ਉਹ ਵਾਲਾ 3-ਫੇਜ਼ ਵਾਲਾ ਖਰਾਬ ਹੋ ਗਿਆ ਸੀ, ਅਤੇ ਇਹ ਵਾਲੇ ਨਵੇਂ ਲੱਗਣੇ ਸੀਗੇ, ਕਿਉਂਕਿ ਇਹਦੀ ਜਗ੍ਹਾ 'ਤੇ ਪਹਿਲਾਂ ਨੋਰਮਲ ਦੀ ਜਗ੍ਹਾ ਇਹ ਲੱਗਾ ਬਾਈ ਡਾਇਰੈਕਸ਼ਨ, ਅਤੇ ਉਦੋਂ ਫਿਰ ਇਹ ਵਾਲਾ ਹੀ ਲੱਗਣਾ ਸੀ। ਪਰ ਇਹ ਮੀਟਰ ਨੇ ਬਹੁਤ ਸਮਾਂ ਲਵਾਇਆ ਜੀ, ਤਕਰੀਬਨ ਇਹ 6 ਮਹੀਨਿਆਂ ਤੋਂ ਉੱਤੇ ਹੋ ਗਿਆ। ਯਾਨੀ ਕਿ ਕਾਫੀ ਲੰਬਾ ਸਮਾਂ ਲੱਗਦਾ ਜੀ ਇਹਨੂੰ, ਜਿਹੜਾ ਬਾਈ ਡਾਇਰੈਕਸ਼ਨ ਮੀਟਰ ਆ, ਕਿਉਂਕਿ ਬਿਜਲੀ ਮਹਿਕਮੇ ਨਾਲ ਟਾਈ ਅਪ ਹੋਣਾ ਹੁੰਦਾ ਇਹਦੇ ਲਈ ਫਿਰ ਹੁੰਦਾ ਜੀ। ਅਤੇ ਬਾਕੀ ਔਨ ਗ੍ਰਿਡ ਮੈਂ ਸੋਲਰ ਲਾਇਆ ਹੋਈ 3 ਕਿਲੋਵਾਟ ਦਾ, ਅਤੇ ਉਹਦੀ ਜਿਹੜੀ ਰੀਡਿੰਗ ਆ ਉਹ ਫਿਰ ਇਹ ਚੈੱਕ ਕਰਕੇ ਦੱਸਦਾ। ਮੰਨ ਕੇ ਚਲੋ ਇਸ ਸਮੇਂ ਤਕਰੀਬਨ 7:30-8 ਵਜੇ ਦਾ ਸਮਾਂ, ਇਸ ਸਮੇਂ ਤੁਸੀਂ ਵੇਖੋ ਕਿ ਇਹ ਬਣਾ ਰਿਹਾ ਜੀ 1.34 ਕਿਲੋਵਾਟ, ਯਾਨੀ ਕਿ 1.5 ਕਿਲੋਵਾਟ ਤੋਂ ਥੋੜ੍ਹਾ ਜਿਹਾ ਘੱਟ, 1.33-34 ਕਿਲੋਵਾਟ ਬਿਜਲੀ ਬਣਾ ਰਿਹਾ। ਅਤੇ ਜਦੋਂ ਪੀਕ 'ਤੇ ਜਾਵੇ ਉਦੋਂ ਇਹ 3 ਕਿਲੋਵਾਟ ਦੇ ਆਸ ਪਾਸ ਬਣਾ ਦਿੰਦਾ, ਉਹ ਵੀ ਇੱਥੇ ਸ਼ੋ ਕਰੂਗਾ। ਇਹ ਚੈੱਕ ਮੀਟਰ ਇਸੇ ਲਈ ਲਗਾਇਆ ਜੀ। ਆਹ ਵੇਖੋ ਜੀ, ਉਵੇਂ ਹੀ 111 ਯੂਨਿਟਾਂ ਇਹਨੇ ਬਣਾ ਕੇ ਦਿੱਤੀਆਂ, 114 ਇੱਥੇ ਇਹਨੇ 114 ਬਣਾਈਆਂ। ਇੱਥੇ ਇਹਦੇ ਵਿੱਚ ਸਿਰਫ ਹੋ ਰਹੀਆਂ ਜੀ, ਆਹ ਦੇਖੋ ਤੁਸੀਂ 93 ਸ਼ੋ, ਬਾਕੀ ਜਿਹੜੀਆਂ ਯੂਨਿਟਾਂ ਦੀ ਖਪਤ ਉਹ ਘਰੇ ਹੋਈ ਆ, ਕਿਉਂਕਿ ਮੇਰੇ ਆਫ ਗ੍ਰਿਡ ਵੀ ਲੱਗਾ ਹੋਇਆ। ਅਤੇ ਇਸ ਲਈ ਫਿਰ ਇਹ ਬੈਲੈਂਸ ਜਿਹਾ ਬਣਾ ਕੇ ਜੋ ਵੀ ਹੈਗਾ ਉਹ ਸਾਰੀ ਤਰਤੀਬ ਇੱਥੇ ਆਉਂਦੀ ਰਹਿੰਦੀ ਆ ਜੀ। ਵੈਨ ਕਮਿਊਨੀਕੇਸ਼ਨ 4G 2G ਸਿਮ ਜਿਹੜਾ ਸਪੋਰਟ ਕਰਦਾ,
ਜਿਹੜੇ ਇਹਦੇ ਬੈਂਡ ਆ ਜੀ ਅਲੱਗ ਅਲੱਗ, ਹੈ ਨਾ, ਅਤੇ ਇੱਥੇ ਆ ਸਿਮ ਨੰਬਰ ਸਾਰਿਆਂ ਦੇ ਉੱਪਰ ਪਾਏ ਹੋਏ ਆ ਜੀ।